ਭਾਈ ਰਾਤੀ ਗੱਡੀ ਚਾਰਜ ਲਗਾ ਕੇ ਕਾਫੀ ਟਾਈਮ ਤੱਕ ਪੈਸੇ ਜਾਗਦੇ ਰਹੇ। 12-1 ਵਜੇ ਤੋਂ ਬਾਅਦ ਕੁਛ ਇੱਦਾਂ ਹੀ ਆਇਆ ਕਿ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਬੰਦਾ ਆਇਆ, ਬੈਟਰੀਆਂ ਕੱਢ ਕੇ ਲੈ ਗਿਆ ਅਤੇ ਆਹ ਮੇਰਾ ਘਰ ਆ ਭਾਅ ਜੀ, ਘਰ ਦੇ ਬਾਹਰ ਹੀ ਗੱਡੀ ਚਾਰਜਿੰਗ ਲੱਗੀ ਸੀ ਅਤੇ ਥਾਣੇ ਰਿਪੋਰਟ ਲਿਖਾ ਕੇ ਗਏ ਅਤੇ ਉੱਥੇ ਮੌਕੇ 'ਤੇ ਕੋਈ ਮੌਜੂਦ ਹੀ ਨਹੀਂ ਸੀਗਾ। ਦੋ ਮੁਲਾਜ਼ਮ ਸੀਗੇ ਅੰਦਰ, ਉਹ ਕਹਿੰਦੇ ਸੀਗੇ ਕਿ ਅਸੀਂ ਥਾਣਾ ਖਾਲੀ ਵੀ ਨਹੀਂ ਛੱਡ ਕੇ ਆ ਸਕਦੇ ਅਤੇ ਰਾਤੀਂ ਕੋਈ ਮੌਕਾ ਦੇਖਣ ਨਹੀਂ ਆਇਆ ਜੀ। ਹੁਣ ਤੱਕ ਆਇਆ, ਅੱਜ ਤੱਕ ਕੋਈ ਵੀ ਨਹੀਂ ਆਇਆ ਜੀ ਦੇਖਣ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਸਾਨੂੰ ਇਹੀ ਮੰਗ ਕਰਦੇ ਹਾਂ ਜੀ, ਇਨਸਾਫ ਚਾਹੀਦਾ ਸਾਨੂੰ ਜੀ। ਦੱਸੋ, ਅਸੀਂ ਗਰੀਬ ਬੰਦੇ ਹਾਂ ਜੀ, ਇਹੀ ਦਿਹਾੜੀ ਲਾ ਕੇ ਰੋਟੀ ਖਾਂਦੇ। ਹੁਣ ਤਾਂ ਮੇਰੀ ਤਾਂ ਗੱਡੀ ਖੜ੍ਹ ਗਈ ਜੀ, ਹੈ ਵੀ ਫਾਈਨੈਂਸ ਕਰਾਈ ਆ ਭਾਅ ਜੀ, ਕਿਸ਼ਤਾਂ ਦੇਣੀਆਂ। ਹੁਣ ਮੈਨੂੰ ਦੱਸੋ ਕਿ ਮੈਂ ਕਿਹੜੇ ਹਿਸਾਬ ਨਾਲ ਭਾਅ ਜੀ ਗੱਡੀ ਚਲਾਵਾਂ। ਕਿੰਨੀਆਂ ਬੈਟਰੀਆਂ ਸੀ ਭਾਅ ਜੀ? 5 ਬੈਟਰੀਆਂ ਸੀਗੀਆਂ, 5 ਹੀ ਲੈ ਗਏ ਭਾਅ ਜੀ ਕੱਢ ਕੇ। ਕੋਈ ਸੀਸੀਟੀਵੀ ਕੈਮਰਾ ਆ? ਹਾਂਜੀ ਭਾਅ ਜੀ, ਸੀਸੀਟੀਵੀ ਕੈਮਰੇ 'ਚ ਦੇਖਿਆ ਆ, ਕੁਝ ਇੱਥੇ ਸਟਾਫ ਨਜ਼ਰ ਨਹੀਂ ਆ ਰਿਹਾ। ਰਾਤੀ ਲਾਈਟ ਦੀ ਪ੍ਰੋਬਲਮ ਸੀਗੀ, ਲਾਈਟ ਦੀ ਪ੍ਰੋਬਲਮ ਕਰਕੇ ਭਾਅ ਜੀ ਸਟਾਫ ਨਹੀਂ ਨਜ਼ਰ ਆ ਰਿਹਾ ਅਤੇ ਪਤਾ ਨਹੀਂ ਲੱਗਾ।